ਤਸਵੀਰਾਂ ਭਵਾਨੀਗੜ੍ਹ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ PRTC ਦੀਆਂ ਬੱਸਾਂ ਨਾ ਰੁਕਣ ਦੇ ਦੋਸ਼ ਵਜੋਂ ਪੜਕੇ ਲੋਕਾਂ ਨੇ ਖੂਬ ਹੰਗਾਮਾ ਕੀਤਾ। ਉਹਨਾਂ ਪੰਜਾਬ ਸਰਕਾਰ ਤੇ PRTC ਮੈਨੇਜਮੈਂਟ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਦਰਅਸਲ ਖੱਜਲ ਖੁਆਰ ਹੋ ਰਹੇ ਮੁਸਾਫਰਾਂ ਨੇ ਬੱਸਾਂ ਨਾ ਰੁਕਣ ਨੂੰ ਲੈ ਕੇ PRTC ਮੁਲਾਜ਼ਮਾਂ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਮਿਲੀ ਭੁਗਤ ਦੇ ਇਲਜ਼ਾਮ ਵੀ ਲਗਾਏ। ਪੜਕੇ ਲੋਕਾਂ ਨੇ ਕਿਹਾ ਕਿ ਕੋਰੋਨਾ ਨਿਯਮ ਸਿਰਫ PRTC ਦੀਆਂ ਬੱਸਾਂ ਤੇ ਹੀ ਲਾਗੂ ਹੁੰਦੇ ਨੇ, ਜਦਕਿ ਉਸ ਦੇ ਉਲਟ ਪ੍ਰਾਈਵੇਟ ਬੱਸਾਂ ਵਾਲੇ ਸ਼ਰੇਆਮ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ 60 ਤੋਂ 70 ਸਵਾਰੀਆਂ ਲੈ ਕੇ ਸ਼ਰੇਆਮ ਜਾ ਰਹੇ ਨੇ। ਉਹਨਾਂ PRTC ਬੱਸਾਂ ਦੇ ਡਰਾਈਵਰਾਂ 'ਤੇ ਇਲਜ਼ਾਮ ਲਗਾਉਂਦੇ ਕਿਹਾ ਕਿ ਬੱਸਾਂ ਵਾਲੇ ਬੱਸ ਅੱਡੇ ਤੋਂ ਸਵਾਰੀਆਂ ਚੜਾਉਣ ਦੀ ਬਜਾਏ ਆਪਣੀਆਂ ਬੱਸਾਂ ਬੱਸ ਸਟੈਂਡ ਤੋਂ ਅੱਗੇ ਜਾਂ ਪਿੱਛੇ ਰੋਕ ਲੈਂਦੇ ਨੇ ਅਤੇ ਸਵਾਰੀਆਂ ਲਾ ਕੇ ਤੁਰਦੇ ਬਣਦੇ ਨੇ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਅਤੇ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ। ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਪਾਸੇ ਤਾਂ ਕੈਪਟਨ ਸਰਕਾਰ ਦੇ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕੋਰੋਨਾ ਦੇ ਨਾਂ ਹੇਠ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਜਿਹੜਾ ਪੰਜਾਬ ਸਰਕਾਰ ਨੇ ਜੀ ਪਿਛਲੇ ਦਿਨੀ ਬੀਬੀਆਂ ਦਾ ਕਿਰਾਇਆ ਮਾਫ਼ ਕੀਤਾ ਰੋਡਵੇਜ਼ ਬੱਸਾਂ ਦੇ ਵਿੱਚ ਜੀ, ਉਹਦੇ ਸੰਬੰਧ ਦੇ ਵਿੱਚ ਅੱਜ ਸਵੇਰ ਦੇ ਅਸੀਂ ਇੱਥੇ ਇੱਕ ਸਾਨੂੰ ਦ੍ਰਿਸ਼ ਦੇਖਣ ਨੂੰ ਮਿਲ ਰਿਹਾ। ਭਵਾਨੀਗੜ੍ਹ ਦੇ ਪੁਰਾਣੇ ਬੱਸ ਸਟੈਂਡ 'ਤੇ ਖੜ੍ਹੇ ਹਾਂ, ਜਿੱਥੇ ਬੱਸਾਂ ਦਾ ਸਟੋਪੇਜ ਆ ਉੱਥੇ ਰੋਡਵੇਜ਼ ਦੀ ਬੱਸ ਨਹੀਂ ਖੜ੍ਹਦੀ। ਉਦੋਂ ਜਿੱਦਾਂ 300 ਮੀਟਰ ਪਿੱਛੇ ਜਾਂ 300 ਮੀਟਰ ਅੱਗੇ ਜਾ ਕੇ ਰੋਡਵੇਜ਼ ਦੀ ਬੱਸ ਖੜ੍ਹਦੀ ਹੈਗੀ। ਔਰ ਦੂਸਰਾ ਉਹਦੇ 'ਚ ਨਜ਼ਾਰਾ ਜਿਹੜਾ ਦੇਖਣ ਨੂੰ ਮਿਲਿਆ ਉਹ ਇਹ ਮਿਲਿਆ ਵੀ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਤਾਂ 15 ਸਵਾਰੀਆਂ ਨੇ ਅਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਵਿੱਚ 70-70 ਸਵਾਰੀਆਂ ਤੁੰਨ ਕੇ ਜਾ ਰਹੀਆਂ ਨੇ। ਔਰ ਰੋਡਵੇਜ਼ ਵਾਲੇ ਜਿਹੜੇ ਬੱਸ ਦੇ ਡਰਾਈਵਰ ਔਰ ਕਨੈਕਟਰ ਨੇ ਉਹ ਤਰਕ ਦੇ ਰਹੇ ਨੇ ਜੀ ਵੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਕੋਰੋਨਾ ਮਹਾਂਮਾਰੀ ਕਰਕੇ ਵੀ 50% ਸਵਾਰੀਆਂ ਅਲਾਊਡ ਨੇ ਗੀਆਂ। ਜੇ 52 ਸੀਟ ਗੱਡੀ ਦੀ ਆਪਾਂ 50% ਲਾਉਂਦੇ ਹਾਂ ਤਾਂ 26-27 ਸਵਾਰੀਆਂ ਬਣਦੀਆਂ ਨੇ, ਉਹ 15 ਤੋਂ ਵੱਧ ਸਵਾਰੀਆਂ ਨਹੀਂ ਲਿਜਾ ਰਹੇ। ਉਹਨਾਂ ਦਾ ਗਣਿਤ ਦਾ ਕਿਹੜੇ ਹਿਸਾਬ ਦਾ ਹੈਗਾ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ 52 ਦਾ 50% 15 ਨੂੰ ਕਹਿ ਰਹੇ ਨੇ। ਇਹਦੇ ਪਿੱਛੇ ਕੀ ਕਾਰਨ ਦੇਖਦੇ ਹੋ? ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਜਿਹੜੇ ਰੋਡਵੇਜ਼ ਦੇ ਡਰਾਈਵਰ ਔਰ ਕਨੈਕਟਰ ਨੇ ਉਹਨਾਂ ਨੇ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਕੰਟਰੈਕਟ ਕਰ ਲਿਆ ਵੀ ਅਸੀਂ ਆਪਦੇ ਸਟੋਪੇਜ ਤੋਂ 200 ਮੀਟਰ 100 ਮੀਟਰ ਅੱਗੇ ਪਿੱਛੇ ਬੱਸ ਖੜਾਵਾਂਗੇ ਔਰ ਤੁਸੀਂ ਸਟੋਪੇਜ ਤੇ ਬੱਸ ਖੜਾ ਕੇ ਜਿਹੜੀ ਸਵਾਰੀ ਖੜੀ ਆ ਉਹ ਚੱਕ ਲਓ, ਸਾਨੂੰ ਇੰਨੀ ਦਿਹਾੜੀ ਦੇ ਦਿਆ ਕਰੋ। ਉਹਨਾਂ ਨੇ ਉਹਨਾਂ ਨਾਲ ਕੰਟਰੈਕਟ ਕਰ ਲਿਆ। ਮੰਗ ਕੀ ਕਰਦੇ ਹੁਣ ਆਪਾਂ? ਮੰਗ ਅਸੀਂ ਪੰਜਾਬ ਸਰਕਾਰ ਤੋਂ ਇਹ ਕਰਦੇ ਹਾਂ ਵੀ ਜੇ ਉਹਨਾਂ ਨੇ ਬੀਬੀਆਂ ਨੂੰ ਸਹੂਲਤ ਦਿੱਤੀ ਆ ਤਾਂ ਉਹ ਸਹੂਲਤ ਦਾ ਆਨੰਦ ਮਾਣ ਸਕਣ, ਜਿੱਥੇ ਸਟੋਪੇਜ ਹੈਗਾ ਉੱਥੇ ਉਸ ਬੱਸਾਂ ਨੂੰ ਸਟੋਪੇਜ ਤੇ ਖੜਾਇਆ ਜਾਵੇ ਔਰ ਜਿਹੜੀ ਕੋਰੋਨਾ ਦਾ ਡਰਾਮਾ ਹੈਗਾ ਇਹਨੂੰ ਬੰਦ ਕਰਕੇ। ਇਸ ਸੰਬੰਧੀ ਜਦੋਂ PRTC ਦੇ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਸਿਰਫ 26 ਸਵਾਰੀਆਂ ਬਿਠਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਸਵਾਰੀਆਂ ਪੂਰੀਆਂ ਹੋਣ ਕਾਰਨ ਉਹ ਬੱਸ ਸਟਾਪ 'ਤੇ ਬੱਸਾਂ ਨਹੀਂ ਰੋਕ ਸਕਦੇ।